ਜਾਂ ਸੇਖੋਂ ਡੀ ਐੱਸ ਪੀ, ਇਹਨਾਂ ਦੁਆਰਾ ਜਿਹੜੇ ਦੋਸ਼ ਚਾਹੇ ਉਹ ਕੈਬਨਿਟ ਵਜ਼ੀਰ ਆਸ਼ੂ 'ਤੇ ਆ ਚਾਹੇ ਸਿਮਰਜੀਤ ਬੈਂਸ 'ਤੇ, ਪ੍ਰੋਪਰਲੀ ਉਹਨਾਂ ਦੀ ਛਾਣਬੀਣ ਹੋਣੀ ਚਾਹੀਦੀ। ਅਸੀਂ ਦੋਸ਼ੀ ਹੋਈਏ ਅਤੇ ਸਾਡੇ 'ਤੇ ਕਾਰਵਾਈ ਹੋਵੇ। ਜਿਹੜਾ ਸਿਰਫ ਇਹਨੂੰ ਆਪਣੇ ਜੇ 100% ਆਪਾਂ ਕਹੀਏ ਇਹਦਾ ਕ੍ਰਾਈਮ ਜਿਹੜੀ ਹੈ, ਅਤੇ ਇਹਨੂੰ 5% ਚਲਾਨ ਕੀਤਾ ਗਿਆ, 95% ਵਿੱਚ ਇਹਨੂੰ ਚਲਾਨ ਹੀ ਨਹੀਂ ਕੀਤਾ, ਐਂਡ ਉਹਨੂੰ ਕੱਲੀ ਸਸਪੈਂਸ਼ਨ। ਕੈਪਟਨ ਅਮਰਿੰਦਰ ਸਿੰਘ ਨੇ ਟਾਈਮ ਬਿੰਗ ਦਬਾਅ ਦੇ ਵਿੱਚ ਆ ਕੇ ਸਿਰਫ ਸਸਪੈਂਡ ਕਰਤਾ, ਪਰ ਦੋਨੋਂ ਪੱਖਾਂ ਦੀ ਤਹਿਕੀਕਾਤ ਨਹੀਂ। ਸੇਖੋਂ ਆਸ਼ੂ ਦੇ ਵਿਰੁੱਧ ਕਹਿ ਰਿਹਾ, ਉਹਨਾਂ ਗੱਲਾਂ ਦੀ ਜਾਂਚ ਕੀਤੀ ਨਹੀਂ ਹੈਗੀ। ਸੋ ਇਹ ਜਾਂਚ ਹੋਣੀ ਬਣਦੀ ਸੀ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਹੁੰਦਾ। ਉਹਦੇ 'ਤੇ ਰਿਸ਼ਵਤ ਦੇ ਮਾਮਲੇ ਦਰਜ ਹੋਏ FIR-ਾਂ, ਉਦੋਂ ਤਾਂ ਨਾ ਆਸ਼ੂ ਨਾਲ ਉਹਦੀ ਕੋਈ ਅਣਬਣ ਸੀਗੀ, ਨਾ ਬੈਂਸ ਨਾ ਸੀਗੀ, ਪਹਿਲਾਂ ਆਪਣੇ ਗਿਰੇਵਾਨ 'ਚ ਕਿਉਂ ਨਹੀਂ ਝਾਕਦਾ। ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦੀ, ਉਹਨਾਂ ਨੇ ਕਿਹਾ ਤਾਂ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦ ਦੀ ਟ੍ਰੇਨਿੰਗ। ਚਿੱਟੇ ਦੇ ਵਪਾਰੀ ਸ਼ਰੇਆਮ ਚਿੱਟਾ ਵੇਚਦੇ ਫਿਰ। DGP ਸਾਹਿਬ, ਤੁਹਾਨੂੰ ਪੰਜਾਬ ਦਾ ਲਾਅ ਐਂਡ ਆਰਡਰ ਯਾਦ ਨਹੀਂ, ਵੀ ਇਹ ਮੇਨਟੇਨ ਕਿਹਨੇ ਕਰਨਾ? ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ DGP ਦਿਨਕਰ ਗੁਪਤਾ ਵੱਲੋਂ ਦਿੱਤਾ ਗਿਆ ਵਿਵਾਦਿਤ ਬਿਆਨ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਨੂੰ ਲੈ ਕੇ ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਇਸ ਮਾਮਲੇ ਤੇ ਬਿਆਨਬਾਜ਼ੀ ਕਰ DGP ਦਿਨਕਰ ਗੁਪਤਾ ਦੇ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਜੀ ਹਾਂ, ਹੁਣ ਵੱਖ ਵੱਖ ਸਿਆਸੀ ਲੀਡਰਾਂ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ DGP ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਹੈ ਉਹ ਕਾਫੀ ਭੱਦੀ ਸਟੇਟਮੈਂਟ ਹੈ, ਜਿਹਦੇ ਚਲਦੇ ਉਹਨਾਂ DGP ਨੂੰ ਸਵਾਲ ਕੀਤਾ ਹੈ ਕਿ ਤੁਸੀਂ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਵੇਖਿਆ, ਕਿਉਂਕਿ ਤੁਹਾਡੇ ਸੂਬੇ ਅੰਦਰ ਜੋ ਲਾਇਨ ਆਰਡਰ ਦਾ ਹਾਲ ਹੈ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। DGP ਬਹੁਤ ਭੱਦੀ ਸਟੇਟਮੈਂਟ ਉਹਨਾਂ ਨੇ ਦਿੱਤੀ। ਜਿਹੜੇ ਸ਼ਰਧਾਲੂ ਸੰਗਤ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦੀ, ਉਹਨਾਂ ਨੇ ਕਿਹਾ ਤਾਂ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦ ਦੀ ਟ੍ਰੇਨਿੰਗ। ਸੋ DSP ਸਾਹਿਬ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਿਆ ਵੀ ਤੁਹਾਡੇ ਸੂਬੇ ਦੇ ਅੰਦਰ ਜਿੱਥੇ ਤੁਸੀਂ DGP ਹੋ, ਲਾਅ ਐਂਡ ਆਰਡਰ ਦਾ ਹਾਲ ਕੀ ਹੈ? 34-34 ਕਿਲੋ ਸੋਨਾ ਦਿਨ ਦਿਹਾੜੇ ਗੰਨ ਪੁਆਇੰਟ ਦੇ ਉੱਤੇ, ਜਿੱਥੇ ਮਹਾਨਗਰ ਪੰਜਾਬ ਦਾ ਚੱਪੇ ਚੱਪੇ ਦੇ ਪੁਲਸੀਆ ਖੜ੍ਹਾ, ਫਰਲਾਂਗ ਦੇ ਉੱਤੇ ਚੌਂਕੀ ਅਤੇ ਠਾਣਾ, ਐਡਾ ਵੱਡਾ ਲਾਅ ਐਂਡ ਆਰਡਰ, ਚਿੱਟੇ ਦੇ ਵਪਾਰੀ ਸ਼ਰੇਆਮ ਚਿੱਟਾ ਵੇਚਦੇ ਫਿਰਨ। DGP ਸਾਹਿਬ, ਤੁਹਾਨੂੰ ਪੰਜਾਬ ਦਾ ਲਾਅ ਐਂਡ ਆਰਡਰ ਯਾਦ ਨਹੀਂ, ਵੀ ਇਹ ਮੇਨਟੇਨ ਕਿਹਨੇ ਕਰਨਾ? ਤੁਹਾਨੂੰ ਇਹ ਯਾਦ ਨਹੀਂ ਵੀ ਦਿਨ ਦਿਹਾੜੇ 34-34 ਕਿਲੋ ਰੋਬਰੀਜ਼ ਵੱਡੀਆਂ ਹੋ ਰਹੀਆਂ ਨੇ, ਸਾਡੀ ਧੀ ਭੈਣ ਕੋਈ ਬਾਜ਼ਾਰ 'ਚ ਜਾ ਹੀ ਨਹੀਂ ਸਕਦੀ? ਅਤੇ ਤੁਹਾਨੂੰ ਯਾਦ ਆ ਗਿਆ ਕਿ ਕਰਤਾਰਪੁਰ ਸਾਹਿਬ ਜਿਹੜੀ ਸੰਗਤ ਜਾਂਦੀ ਉਹ 6 ਘੰਟਿਆਂ ਦੇ ਵਿੱਚ ਅੱਤਵਾਦ ਦੀ ਟ੍ਰੇਨਿੰਗ ਲੈ ਕੇ ਆਊਗੀ? ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ DGP ਨੂੰ ਸਸਪੈਂਡ ਕਰਨਾ ਚਾਹੀਦਾ, ਉਹਨਾਂ ਨੂੰ ਤੁਰੰਤ ਇਸ ਅਹੁਦੇ ਤੋਂ ਚਲਦਾ ਕਰ ਦੇਣਾ ਚਾਹੀਦਾ। ਸਿਆਸੀ ਲੀਡਰ ਹੱਕ 'ਚ ਆ, ਕੁਛ ਸਿਆਸੀ ਲੀਡਰ ਨਹੀਂ? ਨਹੀਂ, ਜਿਹੜਾ ਹੱਕ 'ਚ ਹੋਊਗਾ ਦੱਸ ਦਿਓ ਉਹਨੂੰ, ਉਹਦੇ ਕੋਲ ਤਰਕ ਕੀ ਹੈਗਾ? ਐਸੀ ਭੱਦੀ ਸਟੇਟਮੈਂਟ, DGP ਕੌਣ ਹੁੰਦਾ? DGP ਕੌਣ ਹੁੰਦਾ ਸਾਡੇ ਧਰਮ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲਾ? DGP ਨੂੰ ਕਿਹਨੇ ਅਧਿਕਾਰ ਦਿੱਤਾ ਹੈ? ਸੋ ਕੈਪਟਨ ਅਮਰਿੰਦਰ ਸਿੰਘ ਜੇ ਸਿੱਖ ਹੈਗੇ ਆ। ਉਧਰ ਦੂਜੇ ਪਾਸੇ DSP ਸੇਖੋਂ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ 1992 ਵਿੱਚ ਲੁਧਿਆਣਾ ਵਿੱਚ ਹੋਏ ਬੰਬ ਬਲਾਸਟ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਹੱਥ ਹੋਣ ਦੇ ਆਰੋਪ ਲਗਾਏ ਨੇ, ਜਿਸਦੇ ਚਲਦੇ ਇਸ ਸਵਾਲ ਤੇ ਸਿਮਰਜੀਤ ਸਿੰਘ ਬੈਂਸ ਨੇ ਕੀ ਜਵਾਬ ਦਿੱਤਾ, ਆਓ ਸੁਣਦੇ ਹਾਂ। ਇਲਜ਼ਾਮ ਲਗਾਇਆ ਭਾਰਤ ਭੂਸ਼ਣ ਆਸ਼ੂ ਤੇ ਵੀ ਜਿਹੜਾ ਬੰਬ ਬਲਾਸਟ ਦੇ ਵਿੱਚ ਉਹਨਾਂ ਦਾ ਹੱਥ ਹੈ। ਜਿੱਦਣ DSP ਸੇਖੋਂ ਸਾਹਿਬ ਸਸਪੈਂਡ ਹੁੰਦੇ ਆ, ਮੈਂ ਉਸੇ ਦਿਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਇਹ ਥਾਰੋਲੀ ਤਹਿਕੀਕਾਤ ਹੋਣੀ ਚਾਹੀਦੀ, ਪ੍ਰੋਪਰਲੀ ਇਨਵੈਸਟੀਗੇਟ ਹੁੰਦਾ ਕਿ ਜਿਹੜੇ ਹੈਗੇ ਆ ਸੇਖੋਂ DSP, ਇਹਨਾਂ ਦੁਆਰਾ ਜਿਹੜੇ ਦੋਸ਼ ਚਾਹੇ ਉਹ ਕੈਬਨਿਟ ਵਜ਼ੀਰ ਆਸ਼ੂ 'ਤੇ ਆ ਚਾਹੇ ਸਿਮਰਜੀਤ ਬੈਂਸ 'ਤੇ, ਪ੍ਰੋਪਰਲੀ ਉਹਨਾਂ ਦੀ ਛਾਣਬੀਣ ਹੋਣੀ ਚਾਹੀਦੀ। ਅਸੀਂ ਦੋਸ਼ੀ ਹੋਈਏ ਅਤੇ ਸਾਡੇ 'ਤੇ ਕਾਰਵਾਈ ਹੋਵੇ, ਐਂਡ ਉਹਨੂੰ ਕੱਲੀ ਸਸਪੈਂਸ਼ਨ। ਮਤਲਬ ਜਿੰਨਾ ਕੁਛ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਤੋਂ ਬੜਾ ਭੱਦੇ ਸ਼ਬਦਾਵਲੀ ਇੱਕ ਸਟੈਚਰੀ ਪੋਸਟ ਦੇ ਉੱਤੇ ਮਿਨਿਸਟਰ, MLA ਐਂਡ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਅਸਲ ਦੇ ਵਿੱਚ ਆਸ਼ੂ ਕੈਪਟਨ ਅਮਰਿੰਦਰ ਸਿੰਘ ਤੋਂ ਉਲਟ ਕੈਂਪ ਦੇ ਮਿਨਿਸਟਰ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਨੇ ਟਾਈਮਿੰਗ ਦਬਾਅ ਦੇ ਵਿੱਚ ਆ ਕੇ ਸਿਰਫ ਸਸਪੈਂਡ ਕਰਤਾ, ਪਰ ਦੋਨੋਂ ਪੱਖਾਂ ਦੀ ਤਹਿਕੀਕਾਤ ਨਹੀਂ ਕੀਤੀ ਕਿ DSP ਸੇਖੋਂ ਕੀ ਕਹਿ ਰਿਹਾ, ਉਹਨਾਂ ਗੱਲਾਂ ਦੀ ਜਾਂਚ। ਅਤੇ ਜਿਹੜੀ ਗੱਲ ਸੇਖੋਂ ਆਸ਼ੂ ਦੇ ਵਿਰੁੱਧ ਕਹਿ ਰਿਹਾ, ਉਹਨਾਂ ਗੱਲਾਂ ਦੀ ਜਾਂਚ ਕੀਤੀ ਨਹੀਂ ਹੈਗੀ। ਸੋ ਇਹ ਜਾਂਚ ਹੋਣੀ ਬਣਦੀ ਸੀ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਹੁੰਦਾ। ਹੁਣ DSP ਸਾਹਿਬ ਨੂੰ 1992 ਦੇ ਧਮਾਕੇ ਯਾਦ ਆਉਂਦੇ ਆ, ਜਾਂ ਦੂਸਰੀਆਂ ਤੀਸਰੀਆਂ ਜਿਹੜੀਆਂ ਬਹੁਤ ਵੇਲਾ ਵਿਹਾ ਚੁੱਕੀਆਂ ਗੱਲਾਂ, ਆਇਆ ਕਿ ਇਹ ਪਹਿਲਾਂ ਕਿਉਂ ਨਹੀਂ ਬੋਲੇ? ਹੁਣ ਜਦੋਂ ਮੈਂ ਇਹ ਸਮਝਦਾ ਕਿ ਹਾਈਕੋਰਟ ਦੇ ਵਿੱਚ ਵੀ ਤੁਸੀਂ ਜਾ ਸਕਦੇ ਆਪਾਂ, ਹਾਈਕੋਰਟ ਨੇ ਔਨ ਮੈਰਿਟ ਫੈਸਲਾ ਲੈਣਾ, ਸੱਚਾਈ ਦੇਖ ਕੇ ਫੈਸਲਾ ਲੈਣਾ,
ਉਹਨਾਂ ਨੂੰ ਲੱਗਿਆ ਵੀ ਹਾਈ ਕੋਰਟ ਦੇ ਵਿੱਚ ਉਹ ਵੀ ਗੱਲ ਬਣਦੀ ਹੁੰਦੀ ਸੀ ਵੀ ਹੁਣ ਕੋਈ ਵੱਡੇ ਤੋਂ ਵੱਡਾ ਹੋਰ ਗੱਲ ਬਣਾ ਢਾ ਕੇ ਜਿਹੜੀ ਆ ਉਹ ਪੇਸ਼ ਕੀਤੀ ਜਾਵੇ। ਸੋ ਮੈਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬੇਨਤੀ ਕਰੂੰਗਾ, ਡੀ ਐੱਸ ਪੀ ਸੇਖੋਂ ਜੋ ਕਹਿ ਰਹੇ ਆ, ਚਾਹੇ ਉਹ ਆਸ਼ੂ ਦੇ ਵਿਰੁੱਧ ਆ, ਚਾਹੇ ਬੈਂਸ ਦੇ ਵਿਰੁੱਧ, ਉਹਦੀ ਤਹਿਕੀਕਾਤ ਹੋਵੇ। ਐਂਡ ਜੋ ਡੀ ਐੱਸ ਪੀ ਸਾਹਿਬ ਭੱਦੀ ਸ਼ਬਦਾਵਲੀ ਆਪਣੇ ਅਹੁਦਾ ਸਰਕਾਰੀ ਜਿਹੜਾ ਅਹੁਦਾ ਹੈਗਾ ਐੱਮ ਐੱਲ ਏ ਚੀਫ ਸੈਕਟਰੀ ਦੇ ਬਰਾਬਰ ਦੀ ਉੱਪਰ ਦੀ ਪੋਸਟ ਹੈਗੀ ਆ, ਸੋ ਇਹ ਸਖਤ ਤੋਂ ਸਖਤ ਕਾਰਵਾਈ ਜਿਹੜਾ ਵੀ ਪੱਖ ਦੋਸ਼ੀ ਹੋਵੇ। ਸੋ ਮੇਰਾ ਇਹ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਅਤੇ ਬੇਨਤੀ ਹੈ। ਯਾਰ ਪ੍ਰੈਸ਼ਰ ਹੁਣ ਤੁਸੀਂ ਜਿਹੜੇ ਉਹਦੇ 'ਤੇ ਰਿਸ਼ਵਤ ਦੇ ਮਸਲੇ ਮਾਮਲੇ ਦਰਜ ਹੋਏ ਐੱਫ ਆਈ ਆਰਾਂ, ਉਦੋਂ ਤਾਂ ਨਾ ਆਸ਼ੂ ਨਾਲ ਉਹਦੀ ਕੋਈ ਅਣਬਣ ਸੀਗੀ ਨਾ ਬੈਂਸ ਨਾ ਸੀਗੀ, ਪਹਿਲਾਂ ਆਪਣੇ ਗਿਰੇਵਾਨ 'ਚ ਕਿਉਂ ਨਹੀਂ ਝਾਕਦਾ? ਮਤਲਬ ਉਹਨਾਂ ਨੂੰ ਡੀ ਐੱਸ ਪੀ ਸਾਹਿਬ ਨੂੰ ਆਪਣੇ ਗਿਰੇਵਾਨ 'ਚ ਝਾਕਣ ਦੀ ਜ਼ਰੂਰਤ ਹੈਗੀ ਆ। ਖੈਰ ਤੁਹਾਨੂੰ ਦੱਸ ਦੇ ਕਿ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੇ ਸਿਆਸਤ ਵਿੱਚ ਹੜਕੰਪ ਮਚਾ ਦਿੱਤਾ, ਜਿਹਦੇ ਚੱਲਦੇ ਆਏ ਦਿਨ ਹੀ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਦਿਨਕਰ ਗੁਪਤਾ ਦੇ ਵਿਵਾਦਿਤ ਬਿਆਨ ਦੀ ਕਰ ਰਹੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਦਿਨਕਰ ਗੁਪਤਾ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਦਿਨਕਰ ਗੁਪਤਾ ਖਿਲਾਫ਼ ਉੱਠੀ ਕਾਰਵਾਈ ਦੀ ਮੰਗ ਤੇ ਹੁਣ ਸਰਕਾਰ ਦਿਨਕਰ ਗੁਪਤਾ ਤੇ ਕੀ ਕਾਰਵਾਈ ਕਰਦੀ ਹੈ। ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ।